ਸਾਰੇ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਮੁਬਾਰਕ ਦਿਨਾ ਚਾਹਾਂਗਾ ਕਿਉਂ ਤੁਸੀਂ ਕੰਮ ਕਰ ਦਿੱਤਾ ਜਿਹੜਾ ਟੋਟਲੀ ਇੰਸੰਬਲਸ ਤੁਹਾਡੀ ਸ਼ਖਸੀਅਤ ਇਸ ਇਸ ਗੱਲ ਦੀ ਪ੍ਰਤੀਕ ਹੈ ਕਿ ਤੁਹਾਡੇ ਇਸ ਇੰਸਟੀਚਿਊਸ਼ਨ ਨਾਲ ਜਿਹੜੀ ਹੈ ਨਵੀਂ ਚੁਣੀ ਹੋਈ ਸਰਕਾਰ ਹੈ ਜਿਨ੍ਹਾਂ ਨੇ ਇੱਕ ਜ਼ਿਆਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਪਿੱਛੇ ਸਮੂਥ ਡੈਮੋਕ੍ਰੈਟਿਕ ਪਾਰਟੀ ਸਾਰੀਆਂ ਤੁਹਾਡੀ ਪਿੱਛੇ ਆ ਗਈ ਮੈਂ ਤੇ ਅੱਗੇ ਵੀ ਬੜੀ ਬਾਾਰ ਕਿਹਾ ਹੈ ਚੀਫ ਮਿਨਿਸਟਰ ਦੀ ਇੱਕ ਬਹੁਤ ਵੱਡੀ ਇੱਕ ਜਿਹੜੀ ਚੇਅਰ ਹੁੰਦੀ ਉਹਦੀ ਗਰਮਾ ਹੁੰਦੀ ਅਸੀਂ ਰੋਜ਼ ਵੇਖਨੇ ਆ ਇਹ ਚੇਅਰ ਤੇ ਬਹੁਤ ਇਮਿਨੈਂਟ ਪਰਸਨੈਲਿਟੀਜ਼ ਪੰਜਾਬ ਦੀਆਂ ਬੈਠੀਆਂ ਨੇ ਘੱਟ ਤੋਂ ਘੱਟ ਮੁੱਖ ਮੰਤਰੀ ਪੁਰਾਣੇ ਵਕਤ ਚ ਡਾਕਟਰ ਸਾਹਿਬ ਉਨ੍ਹਾਂ ਦੀ ਬਰਜ਼ੋਰ ਕੋਸ਼ਿਸ਼ ਹੁੰਦੀ ਸੀ ਕਿ ਮੇਰੇ ਸਾਥੀ ਬੋਲਣ ਜਿੱਥੇ ਕਿਤੇ ਬਹੁਤ ਸੂਬੇ ਦੀ ਗੱਲ ਹੈ ਉੱਥੇ ਮੈਂ ਇੰਟਰਵਿਊ ਨਹੀਂ ਕਰਾਂ ਇਹ ਇਸ ਕਿਸਮ ਦੀ ਚੀਜ਼ ਹੈ ਕਿਉਂਕਿ ਪ੍ਰੋਫੈਸ਼ਨਲ ਪੰਡ ਹੈ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੈਨੂੰ ਇਹ ਅਨ ਪਾਰਲੀਮੈਂਟਰੀ ਲੈਂਗੁਏਜ ਵੀ ਇਸਤੇਮਾਲ ਕਰਨੀ ਪੈਂਦੀ ਕਿਉਂਕਿ ਇਸ ਲੈਂਗੁਏਜ ਸੁਣਨ ਦੇ ਆਦੀ ਹੋ ਚੁੱਕੇ ਜਿੰਨਾ ਚਿਰ ਇਹਨੂੰ ਇਹ ਸ਼ਬਦ ਨਹੀਂ ਵਰਤਾਂਗੇ ਇਹਨੂੰ ਨੀਂਦ ਚ ਐਨਾ ਨਹੀਂ ਆ ਤੋ ਇਹ ਜਮਾਤ ਜਿਹੜੀ ਏ ਇਹਨਾਂ ਨੇ ਇੱਕ ਮਨਸੂਬਾ ਬਣਾ ਲਿਆ ਜਿਹੜਾ ਸਮੁੱਚੇ ਪੰਜਾਬੀਆਂ ਇਹ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ 750 ਕਰੋੜ ਜਿਸ ਸੂਬੇ ਦੇ ਵਿੱਚ ਜ਼ਹਿਰ ਖਾਣ ਨੂੰ ਪੈਸੇ ਆ ਜੀ 750 ਕਰੋੜ ਰੁਪਈਆ ਪਬਲਿਕ ریلیشنਜ਼ ਡਿਪਾਰਟਮੈਂਟ ਚ ਰੱਖ ਲਿਆ ਉਹਦਾ ਬੇਸਿਕ ਪਰਪਸ ਇਹ ਹੈ ਕਿ ਵੱਡੇ ਅਖਬਾਰਾਂ ਵੱਡੇ ਟੈਲੀਵਿਜ਼ਨ ਚੈਨਲਜ਼ ਦੀ ਮਾਲਕਾਂ ਦੀ ਜਿਹੜੀ ਹੈ ਉਹਦੇ ਨਾਲ ਪੈਸੇ ਆਫਰ ਕਰਕੇ ਮੈਂ ਸਮਝਦਾ ਇਸ ਤੋਂ ਵੱਡੀ ਕਰਪਟ ਪ੍ਰੈਕਟਿਸ ਕੋਈ ਨਹੀਂ ਤੁਸੀਂ ਕਰਪਸ਼ਨ ਦੀ ਗੱਲ ਕਰਦੋ ਇਸ ਤੋਂ ਵੱਡੀ ਕਰਪਟ ਪ੍ਰੈਕਟਿਸ ਇੱਕ ਡੈਮੋਕਰੈਟਿਕ ਸਰਕਾਰ ਚ ਕੀ ਹੋ ਸਕਦੀ ਹੈ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਇਹਨਾਂ ਦਾ ਕੰਮ ਇਹ ਹੈ ਕਿ ਪੰਜਾਬ ਨੂੰ ਲੁੱਟੋ ਤੇ ਪੰਜਾਬ ਦੇ ਪੈਸੇ ਨਾਲ ਇਸ ਜਮਾਤ ਦੇ ਫੁੱਟਪ੍ਰਿੰਟ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਸਟੈਬਲਿਸ਼ ਕਰ ਸਕੀਏ ਸਾਨੂੰ ਇਹ ਰੋਕਣਾ ਪਏ ਇਹ ਉਹ ਆਦਮੀ ਹੈ ਡਾਕਟਰ ਸਾਹਿਬ ਜਿਹਦਾ ਆਕਾ ਕਹਿੰਦਾ ਸੀ ਕਿ ਮੈਨੂੰ ਆਪਣੀ ਜਿਹੜੀ ਜ਼ਮੀਰ ਹੈ ਜਾਂ ਜਿਹੜਾ ਮੈਨੂੰ ਆਪਣਾ ਰੁਤਬਾ ਮੈਂ ਬਹੁਤ ਚੰਗੀ ਤਰ੍ਹਾਂ ਜਾਣਨਾ ਅਸੀਂ ਤੇ ਬਹੁਤ ਛੋਟੇ ਰੁਤਬੇ ਵਾਲੇ ਲੋਕ ਆ ਅਸੀਂ ਤੇ ਦੋ ਦੋ ਤਿੰਨ ਤਿੰਨ ਕਮਰਿਆਂ ਦੇ ਵਿੱਚ ਰਹਿ ਕੇ guzara ਕਰ ਸਕੇ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਆ ਹੁਣੇ ਪਤਾ ਲੱਗਿਆ ਜੀ 171 ਕਰੋੜ ਦਾ ਚੀਫ ਮਿਨਿਸਟਰ ਦਾ ਕੰਪਲੈਕਸ ਦਿੱਲੀ ਵਿੱਚ ਬਣ ਰਿਹਾ 45 ਕਰੋੜ ਰੁਪਈਆ ਲੱਗ ਚੁੱਕਿਆ ਜਿਹਦੇ ਵਿੱਚ ਪੱਥਰ ਜਿਹੜਾ ਨਿਹਰੇ 6.5 ਕਰੋੜ ਦਾ ਪਹਿਲੇ ਫੇਜ਼ ਦੇ ਵਿੱਚ ਵਿਟਨਾਮੀਜ਼ ਪੱਥਰ ਇਸਤੇਮਾਲ ਕੀਤਾ ਗਿਆ ਇੱਕ ਇੱਕ ਪਰਦਾ 3 ਲੱਖ ਤੋਂ ਲੈ ਕੇ 8-8 ਲੱਖ ਦਾ 80 ਲੱਖ ਦੇ ਪਰਦੇ ਲੱਗੇ ਕਦੀ ਸੁਣੇ ਤੇ ਜੀ 80 ਲੱਖ ਦੇ ਪਰਦੇ ਮੈਂ ਹੈ ਚੰਗੇ ਭਲੇ ਸਾਰੇ ਸ਼ਹਿਰ ਦੇ ਵਿੱਚ 80 ਲੱਖ ਦੇ ਪਰਦੇ ਲੈ ਲਈਏ ਤੇ ਦੋ ਤਿੰਨ ਮਹੱਲੇ ਜਿਹੜੇ ਨੇ ਉਹ ਸਾਰੇ ਠੱਕੇ ਜਾ ਸਕਦੇ ਨੇ ਬੇਸੂਲੇ ਲੋਕ ਨੇ ਦੋਨੋਂ ਦੋਨੋਂ ਹੱਥੀ ਪੰਜਾਬ ਨੂੰ ਇਹ ਲੋਕ ਲੁੱਟ ਰਹੇ ਨੇ ਐਂਡ ਇਹਨਾਂ 'ਚ ਕੋਈ ਪੰਜਾਬੀ ਹੈ ਨਹੀਂ ਆ ਜਿਹੜੀ ਤੁਸੀਂ মিডিਆ ਦੀ ਗੱਲ ਕਰਦੇ ਹੋ 80 ਆਦਮੀ ਪੰਨ মিডিਆ ਦੇ ਜ਼ਰੀਏ ਇਹਨਾਂ ਨੇ ਭਰਤੀ ਕਰਕੇ ਇੱਕ ਇੱਕ ਲੱਖ ਤੋਂ 2-2 ਲੱਖ ਰੁਪਈਆ ਦਿੱਲੀ ਦੇ ਵਿੱਚੋਂ ਬੰਦੇ ਆ ਕੇ ਇੱਥੇ ਬੈਠੇ ਨੇ 9 ਵਜੇ ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹਨਾ ਯੂ ਆਰ ਵਨ ਆਫ ਦੀ ਰੈਰਸਟ ਪਰਸਨਸ ਨਹੀਂ ਤੇ ਸਾਰੇ ਗੋਡੇ ਟੇਕ ਗਏ ਜ਼ਮੀਰ ਵੇਚ ਗਏ ਲੱਖਾਂ ਕਰੋੜਾਂ ਦੇ ਆਧਾਰੇ ਜਿਹੜੇ ਨੇ ਗੋਡੇ ਟੇਕ ਗਏ ਅਸੀਂ ਛੋਟੇ-ਛੋਟੇ ਹੁੰਦੇ ਅਜੀਬ ਅਖਬਾਰ ਜਦੋਂ ਆਉਣਾ ਦਰਵਾਜ਼ਾ ਖੋਲ ਕੇ ਚੱਕ ਕੇ ਲੈ ਕੇ ਉਹਨੂੰ ਪੜਨਾ ਪਰ ਬਹੁਤ ਕੁਸ਼ ਅਜੀਬ ਤੋਂ ਪੜ ਕੇ ਸਾਨੂੰ ਜਾਣਕਾਰੀ ਔਰ ਜ਼ਿੰਦਗੀ ਜਿਉਣ ਦੇ ਤਰੀਕੇ ਔਰ ਲੋਕਾਂ ਦੇ ਵਿੱਚ ਵਿਚਰਨ ਦੇ ਤਰੀਕੇ ਬਾਰੇ ਸਾਨੂੰ ਸਮਝ ਆਈ ਅਜੀਬ ਦੇ ਕਖਬਾਰ ਨਹੀਂ ਹੈ ਅਖਬਾਰ ਬਹੁਤ ਸਾਰੇ ਹੈ ਅਜੀਤ ਇੱਕ ਸੋਚ ਹੈ ਅਜੀਤ ਇੱਕ ਵਿਚਾਰ ਹੈ ਔਰ ਸੋਚ ਤੇ ਵਿਚਾਰ ਕਿਸੇ ਦੇ ਮਾਰਿਆਂ ਮਰਦੇ ਨਹੀਂ ਹਨ ਟੂ ਬੀ ਵੈਰੀ ਓਨਸਟ ਮੈਂ ਖੁਸ਼ਕਿਸਮਤ ਸਮਝ ਰਿਹਾ ਆਪਦੇ ਆਪ ਨੂੰ ਰਾਜਾ ਵੜਿੰਗ ਮੇਰਾ ਖਿਆਲ ਸਭ ਤੋਂ ਛੋਟੀ ਉਮਰ ਦੇ ਮੰਚ ਤੇ ਬੈਠਣ ਵਾਲੀ ਵਿਅਕਤੀਆਂ ਚੋਂ ਹੋਵਾਂਗਾ ਕਿ ਮੈਨੂੰ ਸੋਚ ਤੇ ਵਿਚਾਰ ਦੇ ਵਾਸਤੇ ਆਪਦੇ ਜੀਵਨ ਦੇ ਵਿੱਚੋਂ ਕੁਝ ਪਾਲ ਇਸ ਸੰਸਥਾ ਦੇ ਲਈ ਖੜਾ ਹੋਣ ਦਾ ਸੱਚੇ ਪਾਤਸ਼ਾਹ ਨੇ ਮੈਨੂੰ ਮੌਕਾ ਦਿੱਤਾ ਹੈ ਰੀਅਲੀ ਔਰ ਕਮ ਸੇ ਕਮ ਜਦੋਂ ਆਦਮੀ ਮਰਦਾ ਹੈ ਇਹ ਰਾਜ ਪਾਟ ਥਾਟ ਸਭ ਕੁਝ ਏਥੇ ਚੱਲ ਰਹਿ ਜਾਣਾ ਹੈ ਮਹਿਮਾਨ ਸਾਹਿਬ ਨੂੰ ਵੀ ਕਹਿਣਾ ਚਾਹਣਾ ਹੈ ਇੱਥੇ ਵੱਡੇ ਵੱਡੇ ਸਿਕੰਦਰ ਬਾਦਸ਼ਾਹ ਵਰਗੇ ਨਹੀਂ ਰਹੇ ਤੁਸੀਂ ਤਾਂ ਕਿਸ ਬਾਗ ਦੀ ਮੂਲੀ ਹੋ ਮਾਨ ਸਾਹਿਬ ਕਮ ਸੇ ਕਮ ਜਿਹੜਾ ਬੰਦਾ ਸੱਚ ਕਰਕੇ ਜਾਂਦਾ ਹੈ ਪ੍ਰਧਾਨ ਮੰਤਰੀ ਚਲੇ ਗਏ ਮੁੱਖ ਮੰਤਰੀ ਸਾਹਿਬ ਚਲੇ ਗਏ ਲੋਕ ਐਡੀਕ ਦੁਨੀਆ ਲੋਕ ਭੁੱਲ ਜਾਇਆ ਕਰਦੇ ਨੇ ਲੇਕਿਨ ਲੋਕ ਉਹਨਾਂ ਲੋਕਾਂ ਨੂੰ ਯਾਦ ਕਰਦੇ ਆ ਹਮੇਸ਼ਾ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ ਸਾਨੂੰ ਕਿਤੇ ਨਾ ਕਿਤੇ ਜਦੋਂ ਅਸੀਂ ਸੱਚ ਤੇ ਪਹਿਰਾ ਦਿਆਂਗੇ ਤਾਂ ਸਾਡੀ ਆਤਮਾ ਜਦੋਂ ਅਸੀਂ ਜਾਵਾਂਗੇ ਸਰੀਰਿਕ ਸ਼ਰੀਰ ਛੱਡ ਕੇ ਤਾਂ ਕਿਤੇ ਨਾ ਕਿਤੇ ਸ਼ਾਂਤੀ ਮਹਿਸੂਸ ਹੋਏਗੀ ਕਿ ਅਸੀਂ 100% ਤਾਂ ਨਹੀਂ ਠੀਕ ਚੱਲ ਸਕੇ ਲੇਕਿਨ ਅਸੀਂ 90% 99% ਸੱਚ ਤੇ ਪਹਿਰਾ ਦਿੰਦੀ ਕੋਸ਼ਿਸ਼ ਕੀਤੀ ਤੁਸੀਂ ਸੱਚ ਦੀ ਆਵਾਜ਼ ਹੋ ਜਿੱਥੇ ਸਾਰਾ ਮੁਲਕ ਦਿਵਾਲਿਆ ਜਮਾਨ ਸਾਹਿਬ ਨੇ ਆਪਦੇ ਜਾਣੇ ਉਹ ਸਮਝਦੇ ਆ ਕਿ ਹੁਣ ਮੇਰੇ ਤੋਂ ਵੱਡਾ ਕੋਈ ਨਹੀਂ ਹੈ ਮੇਰੇ ਤੋਂ ਬਲਵਾਨ ਕੋਈ ਨਹੀਂ ਹੈ ਮੇਰੇ ਤੋਂ ਬੁੱਧੀਮਾਨ ਕੋਈ ਨਹੀਂ ਹੈ ਤੇ ਜਦੋਂ ਬੰਦਾ ਇਹ ਸਮਝਣ ਲੱਗ ਪੇ ਉਹਦੋਂ ਸਮੇਂ ਲੋ ਵੀ ਕੰਮ ਹੋ ਗਿਆ ਕਿਸਾ ਵਿਅਕਤੀ ਜਿਹੜਾ ਇਹ ਸਮਝਣ ਲੱਗ ਪੇ ਕਿ ਮੇਰੇ ਤੋਂ ਬੁੱਧੀਮਾਨ ਕੋਈ ਨਹੀਂ ਹੈ ਮੇਰੇ ਤੋਂ ਵਿਦਵਾਨ ਕੋਈ ਨਹੀਂ ਹੈ ਮੇਰੇ ਤੋਂ ਸਿਆਣਾ ਨਹੀਂ ਹੈ ਫਿਰ ਉਹਦਾ ਖਾਤਮਾ ਤੇ सो असी खुश किस्मत असी बलजिंदर सिंह हमदर्द के वास्ते सारे पंजाब के लोग अज एक मुठ के खड़ा हुए हैं। हो जिसके पाओ में ताकत मान साहब सुन लिओ मैं ज्यादा तो कुछ नहीं कहना हो जिसके पाओ में ताकत वो चल के रहता है हो जिसके पाओ में ताकत वो चल के रहता है जमाना लाख गिराए वो संभल के रहता है हो जिस चिराग में ताकत उजाला करने की हम थोड़े हो जिस चिराग में ताकत उजाला करने की, दुनिया लाख बुझाए मान साहब लाख बजाओ वो जल के रहता है वो जल के रहता है ती सा प्रेरणा सरों तो सिर झुका के मैं ਸਤਕਾਰ ਦਿਨਾਲ ਤੁਹਾਨੂੰ ਨਮਨ ਕਰਦਾ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ